ਹਾਲੇ ਲੋਈਆ ਸਾਰਿਆਂ ਨੂੰ ਜਾਣਦੀ ਸੀ। ਤੁਸੀਂ ਦੇਖ ਸਕਦੇ ਹੋ ਕਿ ਗਲੋਬਲ ਐਕਸ਼ਨ ਕਮੇਟੀ ਔਰ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਔਰ ਸਪਿਰਚੁਅਲ ਫਾਦਰ ਦੇ ਸਪਿਰਚੁਅਲ ਸਨ ਸਾਰੇ ਪਾਸਟਰ ਪੰਕਜ ਸਿੰਘਾਵਾ ਜੀ ਦੇਖ ਸਕਦੇ ਹੋ ਮਨੀਪੁਰ ਦੇ ਰੋਸ਼ ਨੂੰ ਲੈ ਕੇ ਉਹਨਾਂ ਦੇ ਇਨਸਾਫ਼ ਨੂੰ ਲੈ ਕੇ ਪੂਰੇ ਮਤਲਬ ਅੰਮ੍ਰਿਤਸਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ, ਉਹਨਾਂ ਦੀ ਪ੍ਰਾਰਥਨਾ ਕੀਤੀ ਜਾ ਰਹੀ ਹੈ। ਤੁਸੀਂ ਪੋਸਟਰ 'ਤੇ ਵੀ ਪੜ੍ਹ ਸਕਦੇ ਹੋ, ਮੈਂ ਪੂਰੀ ਵੀਡੀਓ ਤੁਹਾਨੂੰ ਬੋਲ ਕੇ ਨਹੀਂ ਸੁਣਾ ਸਕਦੀ, ਤੁਹਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਦੇ ਸਕਦੀ, ਇਸ ਕਰਕੇ ਤੁਸੀਂ ਫੁੱਲ ਵੀਡੀਓ ਨੂੰ ਵਾਚ ਕਰੋ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅਲੱਗ ਅਲੱਗ ਪਾਸਟਰ ਪੂਰੇ ਪੰਜਾਬ ਤੋਂ ਅਲੱਗ ਅਲੱਗ ਪਾਸਟਰ ਇਕੱਠੇ ਹੋ ਕੇ ਜੋ ਕਿ ਮਨੀਪੁਰ ਦੇ ਰੋਸ ਦੇ ਲਈ ਅੰਮ੍ਰਿਤਸਰ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਨੇ। ਹਾਲੇ ਲਈ ਆ ਪੂਰੀ ਵੀਡੀਓ ਨੂੰ ਦੇਖੋ। ਸਾਰਿਆਂ ਨੂੰ ਜਿੰਨੇ ਵੀ ਦੁਕਾਨਦਾਰ ਵਪਾਰੀ ਸਾਡੇ ਭਰਾ ਨੇ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਸਹਿਯੋਗ ਕਰੋ, ਜੋ ਮਣੀਪੁਰ ਦੇ ਵਿੱਚ ਸਾਡੀਆਂ ਮਾਂ ਭੈਣਾਂ ਨੂੰ ਨੰਗਿਆਂ ਕਰਕੇ ਉਹਨਾਂ ਦੀ ਪਰੇਡ ਕਰਵਾਈ ਜਾ ਰਹੀ ਆ। ਦੇਖੋ ਇਹਦੇ ਵਿੱਚ ਕਿਸੇ ਧਰਮ ਦਾ ਜਾਂ ਜਾਤੀ ਦਾ ਸਵਾਲ ਨਹੀਂ ਹੈ, ਇਹ ਮਨੁੱਖਤਾ ਦਾ ਸਵਾਲ ਹੈ, ਕਿਉਂਕਿ ਨਾਰੀ ਜਿਹੜੀ ਆ ਇੱਕ ਮਾਂ ਦੇ ਰੂਪ 'ਚ ਇੱਕ ਭੈਣ ਦੇ। ਬੇਨਤੀ ਕਰਦਾ ਆਪਣੇ ਸਾਰੇ ਵਪਾਰੀ ਭਰਾਵਾਂ ਨੂੰ ਵੀ ਜਦੋਂ ਵੀ ਮਣੀਪੁਰ ਦੇ ਲਈ ਕੋਈ ਵੀ ਪ੍ਰੋਟੈਸਟ ਕੀਤਾ ਜਾਂਦਾ ਜਾਂ ਕੋਈ ਵੀ ਰੋਡ ਮਾਰਚ ਕੀਤਾ ਜਾਂਦਾ ਉਹ 'ਚ ਸਾਡਾ ਸਹਿਯੋਗ ਦਿਓ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਏਦਾਂ ਦੇ ਪ੍ਰੋਟੈਸਟ ਕਰੀਏ। ਮਗਰ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਨੰਗਿਆਂ ਕਰਕੇ ਪਰੇਡ ਕਰਵਾਈ ਜਾ ਰਹੀ ਆ। ਸਿੱਖ ਭਾਈਚਾਰੇ ਤੋਂ ਸਾਡੇ ਭਰਾ ਸਾਡੇ ਕੋਲ ਆਏ ਨੇ, ਸਾਡੇ ਐਸੀ ਭਾਈਚਾਰੇ ਤੋਂ ਸਾਡੇ ਭਰਾ ਵਾਲਮੀਕ ਭਾਈਚਾਰੇ ਤੋਂ ਆਏ ਨੇ, ਰਵਿਦਾਸ ਭਾਈਚਾਰੇ ਤੋਂ ਆਏ ਨੇ, ਮਜ਼ਹਬੀ ਸਿੱਖ ਭਾਈਚਾਰੇ ਤੋਂ ਆਏ ਨੇ, ਮੁਸਲਮਾਨ ਭਾਈਚਾਰੇ ਤੋਂ ਆਏ ਨੇ, ਹਿੰਦੂ ਭਾਈਚਾਰੇ ਤੋਂ ਆਏ ਨੇ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਮੈਂ ਨਾਰਾ ਲਾਵਾਂਗਾ ਔਰ ਤੁਸੀਂ ਜਵਾਬ ਨਾਰਾ ਚ ਦੇਣਾ। ਹਲੇਲੂਯਾ ਸ਼ਬਦਾਂ 'ਚ ਇਸ ਚੀਜ਼ ਦੀ ਨਿੰਦਾ ਕਰਦਾ। ਔਰ ਮੈਂ ਸਾਡੇ ਜੋ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਆ, ਉਹ ਸਾਰੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ, ਸਿਰਫ ਸਮਾਜ ਦੇ ਪ੍ਰਧਾਨ ਮੰਤਰੀ ਨੇ, ਸਾਰੀਆਂ ਕਮਿਊਨਿਟੀਆਂ ਉਹਨਾਂ ਵੱਲ ਦੇਖਦੀਆਂ ਵਾ। ਮੈਂ ਉਹਨਾਂ ਨੂੰ ਪ੍ਰਾਰਥਨਾ ਕਰਦਾ ਔਰ ਬੇਨਤੀ ਕਰਦਾ ਵੀ ਮਣੀਪੁਰ ਦੇ ਵਿੱਚ ਸ਼ਾਂਤੀ ਜਿਹੜੀ ਹੈ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ ਔਰ ਸਾਡੇ ਲੋਕਾਂ ਨੂੰ ਇਨਸਾਫ਼ ਦਿੱਤੇ ਜਾਣ, ਕਿਉਂਕਿ ਸਾਨੂੰ ਸ਼ੌਂਕ ਨਹੀਂ ਹੈ ਰੋਡ ਮਾਰਚ ਕਰਨ ਦਾ, ਮਗਰ ਦਿਲ ਜਿਹੜਾ ਵਾ ਇਹ ਦੁੱਖ ਦੇ ਨਾਲ ਭਰਿਆ ਹੋਇਆ ਵਾ ਔਰ ਮਨ 'ਚ ਦਰਦ ਇਹ ਚੀਜ਼ ਦਾ ਵਾ ਕਿ ਅਸੀਂ ਚਾਹ ਕੇ ਵੀ ਆਪਣੇ ਭੈਣ ਭਰਾਵਾਂ ਲਈ ਕੁਛ ਨਹੀਂ ਕਰ ਪਾ ਰਹੇ। ਕ੍ਰਿਸਚਨ ਭਾਈਚਾਰਾ ਸ਼ਾਂਤੀ ਪਸੰਦ ਲੋਕ ਨੇ, ਅਸੀਂ ਦੰਗੇ ਕਰਨ ਦੇ ਵਿੱਚ ਪ੍ਰੋਟੈਸਟ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਪ੍ਰਾਰਥਨਾ ਕਰਨ ਵਾਲੇ ਲੋਕ ਆ, ਪਰਮੇਸ਼ਵਰ ਦਾ ਪ੍ਰੇਮ ਲੋਕਾਂ ਨੂੰ ਦਿਖਾਉਣ ਵਾਲੇ ਲੋਕ ਆ। ਮਗਰ ਅੱਜ ਜਦੋਂ ਸਾਡੀਆਂ ਭੈਣਾਂ ਨਾਲ ਧੱਕਾ ਹੋ ਰਿਹਾ ਔਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਆ ਵੀ ਅਸੀਂ ਪ੍ਰੋਟੈਸਟ ਕਰੀਏ, ਔਰ ਮੈਂ ਬੇਨਤੀ ਕਰਦਾ ਹੁਣ ਸਾਰਿਆਂ ਨੂੰ ਇਹ ਪ੍ਰੋਟੈਸਟ ਜਿਹੜਾ ਅਸੀਂ ਇੱਥੇ ਸਮਾਪਤ ਕਰਨ ਜਾ ਰਹੇ ਹਾਂ। ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਹੁਣ ਤੁਸੀਂ ਜਾ ਸਕਦੇ ਹੋ ਔਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਇੱਕ ਬੁਲਾਵੇ 'ਤੇ ਇੱਥੇ ਪਹੁੰਚੇ ਹੋ। ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਤੁਸੀਂ ਪਿਆਰ ਕਰਦੇ ਹੋ, ਅੰਮ੍ਰਿਤਸਰ ਦੀ ਲੀਡਰਸ਼ਿਪ ਨੂੰ ਤੁਸੀਂ ਪਿਆਰ ਕਰਦੇ ਹੋ, ਮਸੀਹ ਭਾਈਚਾਰੇ ਨੂੰ ਪਿਆਰ ਕਰਦੇ ਹੋ ਔਰ ਜਿੰਨੇ ਵੀ ਇੱਥੇ ਭਾਈਚਾਰੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਪਰਮੇਸ਼ਵਰ ਅੱਗੇ ਪ੍ਰਾਰਥਨਾ ਵੀ ਕਰਦਾ ਵੀ ਸਾਡੀ ਜਿਹੜੀ ਏਕਤਾ ਵਾ ਇੱਦਾਂ ਬਣੀ ਰਹੇ, ਅਸੀਂ ਆਪਣੇ ਭੈਣ ਭਰਾਵਾਂ ਦੀ ਲੜਾਈ ਇੱਦਾਂ ਲੜਦੇ ਰਹੀਏ। ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਭੈਣ ਭਰਾਵਾਂ ਨੇ ਆਵਾਜ਼ ਉਠਾਈ ਔਰ ਆਪਣੇ ਦੇਸ਼ ਨੂੰ ਆਜ਼ਾਦ ਕੀਤਾ। ਫਿਰ ਥੋੜ੍ਹੇ ਦਿਨ ਪਿੱਛੇ ਆਪਾਂ ਚੱਲ ਜਾਈਏ, ਪੰਜਾਬ ਦੇ ਵਿੱਚ ਇੱਕ ਲਹਿਰ ਉੱਠੀ, ਕਿਸਾਨ ਧਰਨਾ ਲਗਾਇਆ ਗਿਆ,
ਉੱਥੇ ਵੀ ਸਾਡੇ ਸਾਰੇ ਪੰਜਾਬੀਆਂ ਨੇ ਜਾ ਕੇ ਹਮਲਾ ਮਾਰਿਆ ਔਰ ਉੱਥੇ ਜਿੱਤ ਪ੍ਰਾਪਤ ਕੀਤੀ। ਔਰ ਅੱਜ ਮੈਂ ਇਹ ਚੀਜ਼ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਅਗਰ ਮਣੀਪੁਰ ਦੇ ਵਿੱਚ ਵੀ ਉਹ ਕਿਲ੍ਹਾ ਫਤਿਹ ਕਰਨਗੇ ਉਹ ਵੀ ਪੰਜਾਬੀ ਕਰਨਗੇ। ਔਰ ਜਿੱਥੇ ਸਾਡੇ ਸਾਰੇ ਭਾਈਚਾਰੇ ਸਾਡੇ ਨਾਲ ਕੇ ਖੜੇ ਹੋ ਗਏ ਨੇ, ਐਸੀ ਭਾਈਚਾਰਾ ਸਾਡਾ ਮਜ਼੍ਹਬੀ ਸਿੱਖ ਭਾਈਚਾਰਾ, ਰਵਿਦਾਸ ਭਾਈਚਾਰਾ, ਸਿੱਖ ਭਾਈਚਾਰਾ, ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ, ਕ੍ਰਿਸਚਨ ਭਾਈਚਾਰਾ, ਔਰ ਉੱਥੇ ਸਾਡੀ ਜਿੱਤ ਜਿਹੜੀ ਹੈ ਪੱਕੀ ਆ। ਔਰ ਅੱਜ ਜਿਹੜਾ ਅਸੀਂ ਇਹ ਕੈਂਡਲ ਮਾਰਚ ਰੱਖਿਆ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਕਰਨਾ। ਔਰ ਮੈਂ 9 ਤਰੀਕ ਦੀ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ, ਜਿੱਦਾਂ ਇੱਥੇ ਆਗੂਆਂ ਨੇ ਦੱਸਿਆ ਵੀ ਅਸੀਂ ਇਕੱਠਿਆਂ ਹੋ ਕੇ 9 ਤਰੀਕ ਵਾਲੇ ਦਿਨ ਇਕੱਠਿਆਂ ਮਿਲ ਕੇ ਜੋ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਜਥੇਬੰਦੀਆਂ ਵੱਲੋਂ ਉਹਨਾਂ ਦੇ ਨਾਲ ਹੋ ਕੇ ਕੰਮ ਕਰਨਾ। ਔਰ ਪਰਮੇਸ਼ਵਰ ਅੱਗੇ ਅੱਜ ਅਸੀਂ ਪ੍ਰਾਰਥਨਾ ਕਰਨੀ ਆ ਵੀ ਮਣੀਪੁਰ ਦੇ ਵਿੱਚ ਵੀ ਸ਼ਾਂਤੀ ਰਹੇ ਔਰ ਪੰਜਾਬ ਦੇ ਵਿੱਚ ਵੀ ਸ਼ਾਂਤੀ ਰਹੇ। ਔਰ ਜਿੱਦਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹਰਿਆਣੇ ਵਿੱਚ ਮੁਸਲਮਾਨ ਭਾਈਚਾਰੇ ਦੇ ਵਿੱਚ ਔਰ ਹਿੰਦੂ ਭਾਈਚਾਰੇ ਦੇ ਵਿੱਚ ਜੋ ਦੰਗਾ ਫਸਾਦ ਹੋ ਰਿਹਾ, ਪਰਮੇਸ਼ਵਰ ਉੱਥੇ ਵੀ ਸ਼ਾਂਤੀ ਬਹਾਲ ਕਰੇ। ਔਰ ਮੈਂ ਧੰਨਵਾਦ ਕਰਦਾ ਅੱਜ ਆਪਣੇ ਸਾਰੇ ਭਰਾਵਾਂ ਦਾ ਜੋ ਇੱਥੇ ਪਹੁੰਚੇ ਨੇ। ਔਰ ਮੈਨੂੰ ਵਿਸ਼ਵਾਸ ਆ ਵੀ ਇਸ ਅੱਜ ਕੈਂਡਲ ਮਾਰਚ ਦੇ ਨਾਲ ਸਾਡੀ ਜਿੱਤ ਜਿਹੜੀ ਆ ਪੱਕੀ ਆ। ਸਾਰਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਅਕਾਲ। ਜਿੰਨੇ ਵੀ ਬੱਚਿਆਂ ਦੇ ਨਾਲ ਪਿਤਾ ਪਰਮੇਸ਼ਰ ਉਹਨਾਂ ਬੱਚਿਆਂ ਦੇ ਉੱਤੇ ਉਹਨਾਂ ਬੱਚਿਆਂ ਨੂੰ ਸ਼ਾਂਤੀ ਦੇਣਾ, ਸਕੂਲ ਦੇਣਾ, ਆਰਾਮ ਦੇਣਾ। ਔਰ ਖੁਦਾਵੰਦ ਜਿਹੜੇ ਬੱਚੇ ਉਸ ਜਗ੍ਹਾ ਦੇ ਮੌਜੂਦ ਹੈ ਉਹਨਾਂ ਨੂੰ ਪਿਤਾ ਪਰਮੇਸ਼ਰ ਬਚਾ ਕੇ ਰੱਖਣਾ ਖੁਦਾ। ਔਰ ਜਿਹੜੇ ਵਿਰੋਧੀ ਸਲਾਮਤੀ ਬਖਸ਼ੀ ਖੁਦਾ, ਜੋ ਵੀ ਖੁਦਾ ਜੀ ਸਮਾਨ ਪ੍ਰਦਾਸ਼ਨਾਂ ਤੇ ਆਏ ਨੇ ਉਹਨਾਂ ਸਾਰਿਆਂ ਤੇ ਵੀ ਵੱਡੀ ਕਿਰਪਾ ਬਣੀ ਹੋਈ ਤੁਸੀਂ। ਮੈਂ ਬੇਨਤੀ ਕਰਾਂਗਾ ਸਾਡੇ ਵਿੱਚ ਸਤਪਾਲ ਜੀ ਦੇ ਅੱਗੇ ਬੇਨਤੀ ਹੈ ਆਪਣੀ ਵਰਸ਼ਪ ਟੀਮ ਦੇ ਨਾਲ ਥੋੜਾ ਅੱਗੇ ਆ ਜਾਈਏ ਕਿਉਂਕਿ ਅਸੀਂ ਭਜਨ ਦੇ ਵਿੱਚ ਵੀ ਉਹੀ ਕਰਾਂਗੇ। ਔਰ ਹੁਣ ਸਾਡੇ ਠੀਕ ਹੈ ਸਤਨਾਮ ਪੱਟੀ ਜੀ ਅੱਗੇ ਬੇਨਤੀ ਹੈ। ਪਾਸ ਸਤਨਾਮ ਪੱਟੀ ਜੀ ਕਿਰਪਾ ਕਰਕੇ ਮਾਈਕ ਤੇ ਆ ਜਾਓ ਅਗਲੇ ਬੰਨੇ ਬੈਨਰ ਦੇ ਲਾਗੇ। ਪਾਸ ਸਤਨਾਮ ਪੱਟੀ ਜੀ ਸਾਡੇ ਨਾਲ ਜਿਹੜੇ ਮਰਜ਼ੀ ਜਾਂਦੀ ਦੀਆਂ ਜਿਹੜੇ ਮਰਜ਼ੀ ਧਰਮ ਦੀਆਂ ਹੋਣ ਅਸੀਂ ਬੇਟੀਆਂ ਦੇ ਲਈ ਇਸੇ ਤਰ੍ਹਾਂ ਇਕੱਠੇ ਹੋਵਾਂਗੇ। ਮਸੀਹ ਏਕਤਾ, ਮਸੀਹ ਏਕਤਾ, ਮਸੀਹ ਏਕਤਾ, ਨਾਰੀ ਸ਼ਕਤੀ, ਨਾਰੀ ਸ਼ਕਤੀ, ਨਾਰੀ ਸ਼ਕਤੀ। ਲੜਕੀਆਂ ਨੂੰ ਕਮਜ਼ੋਰ ਸਮਝਣ ਵਾਲੇ ਹੈਲੋ 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 ਵਿਸ਼ਵਾਸ ਨਹੀਂ ਰੱਖਦੇ। ਅਸੀਂ ਪ੍ਰਾਰਥਨਾ ਕਰਨ ਵਾਲੇ ਲੋਕ ਆ, ਪਰਮੇਸ਼ਵਰ ਦਾ ਪ੍ਰੇਮ ਲੋਕਾਂ ਨੂੰ ਦਿਖਾਉਣ ਵਾਲੇ ਲੋਕ ਆ। ਮਗਰ ਅੱਜ ਜਦੋਂ ਸਾਡੀਆਂ ਭੈਣਾਂ ਨਾਲ ਧੱਕਾ ਹੋ ਰਿਹਾ ਔਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਆ ਵੀ ਅਸੀਂ ਪ੍ਰੋਟੈਸਟ ਕਰੀਏ,
और मैं बेनती करता हूं सारे नूं ये प्रोटेस्ट जिहड़ा है इत्थे समाप्त करन जा रहे हैं। तुसी सारे अपने अपने घरां च हुण तुसी जा सकते हो और मैं तुहाडा तहे दिलों धन्नवाद करदा कि तुसी साडे एक बुलावे ते इत्थे पहुंचे हो। ग्लोबल क्रिश्चियन एक्शन कमेटी नूं तुसी प्यार करदे हो, अमृतसर की लीडरशिप नूं तुसी प्यार करदे हो, मसीह भाईचारे नूं प्यार करदे हो और जिन्हें भी इत्थे भाईचारे इत्थे पहुंचे ने मैं सारे का धन्यवाद भी करना और परमेश्वर अगे प्रार्थना भी करना कि साड़ी जड़ी एकता वा इदा बनी रहे, असी अपने भैन भरावां दी लड़ाई इदा लड़दे रहिए। सारे मेरे वालों जय मसीह दी। मकसद ये पिछले दिनों के मणिपुर के घटनावां वापरियां उत्थे बहुत सारे लोग आ गए ने अपनी जान तो हथ पा चुके हैं और उन्होंने रूहों की शांति के लिए अज प्रार्थना जरूर समारोह जोड़ा कटिया गया है। ये बहुत सारे पास्टर साहबाना ने प्रार्थना के राही अगवाई करके लोग मणिपुर के घटनावां के मर गए हैं, उन्होंने रूहों की शांति वास्ते प्रार्थना की गई है और नाल दी नाल मणिपुर के शांति बहाली के लिए हरियाणा के शांति बहाली के लिए प्रार्थना की गई है। सो अज अमृतसर के शाम का जो कैंडल मार्च अभी कट के देश के प्रधानमंत्री जी ने बेनती की आ कि जल्द तो जल्द मणिपुर के घटनावान उत्ते रोक लाने ता कि उस जो जरा नरसंहार जोड़ा वा ना हो। वक् वक् संगठन ने उस सिर्फ मसीह भाईचारे का नहीं है और असी मणिपुर के लिए दुआ करांगे। जो बहुत ही मंदभागी घटनावां मणिपुर के हो रही ने असी सारा समाज सारा हिंदुस्तान सारा पंजाब जानता है कि जो बेटियों के नाल बड़ा ही दुर्व्यवहार किया जा रहा है। अत्याचार करते लोगों मारते हुए मणिपुर से घूम रहे हैं, लेकिन सरकार उतों दियाँ किसी भी किस्म का कोई कदम चुकदियाँ नज़र नहीं आदियाँ। सो अज का मार्च मणिपुर के बीतिया घटनावान जिन्हों लोगों मौत के घाट पाया गया उन्होंने रूह की शांति के लिए प्रार्थना मार्च है। सो साडे जिन्हें भी पास्टर हैं कृपा करके थोड़ा अगर
नारी सम्मान जिंदाबाद, मसीह जिंदाबाद, 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 बेनती है कि प्रार्थना के अगवाई कर कृपा करके थोड़ा क्या पहुंचे ने, मैं सारे का तह दिलों धन्यवाद करना और वक् वक् जथेबंदियों तो जिदे वाल्मीकि भाईचारे तो पवन द्रविड़ जी, बबी भगवान जी और मुस्लिम भाईचारे तो, सिख भाईचारे तो, हिंदू भाईचारे तो जिन्हें साढ़े भैन भरा पहुंचे ने, मैं सारे का धन्यवाद करना और मेरे अजीजो मैं तुम दसना चाहना भी इदा दे रोड मार्च करना या कैंडल मार्च करन दे नाल कोई सानू शौक नहीं है, मगर साडियां धीआं भैणां नू मणिपुर नू शांति बहाल करो, मणिपुर च शांति नू बहाल करो, मणिपुर च शांति नू बहाल करो, बेटियां नू इंसाफ दो। परमपिता परमेश्वर आज कवि प्रतापदर्शी सृष्टिकर्ता वाल्मीकि दयावान जी को याद करते हुए, परमात्मा यीशु जी को याद करते हुए, मुसलमान भाईचारे दे मोहम्मद साहब को याद करते हुए, सिख धर्म के सारे पैरोकारों को याद करते हुए, सारे को बहुत ही आदर है। जय वाल्मीकि, हालेलुया, हालेलुया। हालेलुया। तुसी देखिया कि किदां सब वक् वक् मिनिस्ट्री दे पास्टर वक् वक् जगावां तों अते एक्शन कमेटी दे प्रधान अते एक्शन कमेटी पूरी वर्शिपर सारे वर्शिप टीम इस मार्च नूं कढ़न लई प्रार्थना मार्च नूं कढ़न दे लई शामिल होए, जो कि मणिपुर दे विच होई हत्यावां नूं लैके सारी भैणां दे नाल होए गंदे कम्मां नूं लैके उन्होंने कैंडल मार्च कढ़ी कि परमेश्वर मणिपुर दे विच शांति लैके आए। और इस विच जिवें कि शामिल होए हिंदू भाईचारा शामिल होया, सिख भाईचारा शामिल होया, वाल्मीकि भाईचारा शामिल होया, मुस्लिम भाईचारा शामिल होया, हर एक जना मिल के जो कि इस कैंडल प्रार्थना नू कढ़ रहा है मणिपुर दे शांति दे लई। और रविदास भाईचारे ने भी इस दे विच हिस्सा लिया और जो कि कल 9 अगस्त नू जो कि पंजाब दे विच बहुत वड्डा धरना लगन जा रहा, पूरा पंजाब बंद किया जा रहा, आओ असी भी जो कि रल मिल के मणिपुर दे लई खड़े होइए, मणिपुर के लोगों के लिए खड़े होइए, उन्होंने इंसाफ के लिए आप खड़े होइए और परमेश्वर के अगे प्रार्थना करिए कि परमेश्वर उन्होंने शांति नाल बहाल करे, शांति उन्होंने अंदर आए। हालेलुया। और इस वीडियो में ज़्यादा तो ज़्यादा शेयर करना, बहुत सारे अगे तक लोगों तक पहुँचा कि लोग भी इस वीडियो में देख के जागरूक हो, मणिपुर के लिए अपने एक कदम उठाने और मणिपुर के लिए अगे आने। हालेलुया। और चैनल में सबसक्राइब करना ना भूलना, वीडियो में शेयर जरूर करना और ज़्यादा तो ज़्यादा लोगों तक पहुँचा, कमेंट च अपनी राय जरूर देना कि दिल्ली तक साड़ी इस वीडियो नू पहुँचाना हूँ साड़ा काम है, सरकार तक इस वीडियो नू पहुँचाना हूँ साड़ा काम है, क्योंकि सरकार नू हूँ अपना आवाज़ उठानी है, सरकार तक अपनी आवाज़ उठा के आनी है और सरकार हूँ मणिपुर के लिए की फैसला लेंदी है, आओ हूँ आप देखते हैं आने वाले समय च। और इस वीडियो नू ज़्यादा तो ज़्यादा शेयर करो। गॉड ब्लेस।